ਸਤਿ ਸ਼੍ਰੀ ਅਕਾਲ ਜੀ, ਮੈਂ ਮਨਜੀਤ ਕੌਰ, ਅਸੀਂ ਕੈਨੇਡਾ ਸਰੀ ਤੋਂ ਆਏ ਹਾਂ ਜੀ। ਤਾਂ ਇਹ ਮੇਰੇ ਮੋਢੇ 'ਚ ਮਤਲਬ ਕਾਫੀ ਟਾਈਮ ਦੀ ਪ੍ਰੋਬਲਮ ਸੀਗੀ। ਪਹਿਲਾਂ ਜਦ ਮੈਂ ਇੰਡੀਆ ਆਈ ਸੀ ਤਿੰਨ ਸਾਲ ਪਹਿਲਾਂ ਉਦੋਂ ਮੈਂ ਇੱਥੇ ਆ ਕੇ MRI ਕਰਵਾਈ ਸੀ ਭੁੱਚੋ। ਤਾਂ ਉਹ MRI ਕਰਵਾ ਕੇ ਮੈਂ ਚੈੱਕ ਕਰਵਾਈ ਡਾਕਟਰ ਸਾਹਿਬ ਨੂੰ, ਤਾਂ ਉਹ ਕਹਿੰਦੇ ਉਹਨਾਂ ਨੇ ਮਾੜਾ ਖਾਸ ਨਹੀਂ ਦੱਸਿਆ ਮੈਨੂੰ। ਤਾਂ ਇੱਥੋਂ ਫਿਰ ਅਸੀਂ ਕੈਨੇਡਾ ਚਲੇ ਗਏ। ਕੈਨੇਡਾ ਜਾ ਕੇ ਫਿਰ ਮੈਂ ਉੱਥੇ MRI ਫਿਰ ਕਰਵਾਈ ਡਾਕਟਰ ਨੇ ਸਲਾਹ ਲੈ ਕੇ। ਉੱਥੇ ਉਹ ਡਾਕਟਰਾਂ ਨੇ ਕਿਹਾ ਵੀ ਤੁਹਾਡੀ ਸਰਜਰੀ ਹੋਣੀ ਆ। ਉੱਥੇ ਅਸੀਂ 2 ਸਾਲ ਰਹਿ ਕੇ ਹੁਣ ਫਿਰ ਅਸੀਂ ਦੁਬਾਰਾ ਇੱਥੇ ਆਏ ਹਾਂ ਇੰਡੀਆ 'ਚ। ਇੰਡੀਆ ਇੱਥੇ ਬਠਿੰਡੇ ਸਾਡੀ ਇੱਥੇ ਰਹਿਸ ਆ ਜੀ। ਅਸੀਂ ਇੱਥੇ ਫਿਰ ਆ ਕੇ MRI ਕਰਵਾ ਕੇ ਅਸੀਂ ਡਾਕਟਰ ਸਾਹਿਬ ਨੂੰ ਫਿਰ ਚੈੱਕ ਕਰਵਾਈ। ਤਾਂ ਇੱਥੇ ਡਾਕਟਰ ਸਾਹਿਬ ਅਸੀਂ ਵਿਵੇਕ ਜੀ ਨੂੰ ਮਿਲੇ, ਸਾਡੇ ਮਤਲਬ ਫਰੈਂਡ ਸਰਕਲ 'ਚ ਸੀਗੇ। ਤਾਂ ਇਹਨਾਂ ਦੀ ਅਸੀਂ ਸਲਾਹ ਲੈ ਕੇ ਇਹਨਾਂ ਨੇ ਮੇਰੀ MRI ਚੈੱਕ ਕਰਕੇ ਇਹ ਕਹਿੰਦੇ ਤੁਹਾਡੀ ਸਰਜਰੀ ਹੋਣੀ ਆ, ਤੁਹਾਡਾ ਮੋਢਾ ਬਹੁਤ ਜ਼ਿਆਦਾ ਖਰਾਬ, ਮਤਲਬ ਕਿ ਲਿਗਾਮੈਂਟ ਟੀਅਰ ਹੋਈ ਵੀ ਇਹਦੇ 'ਚ ਬਹੁਤ ਜ਼ਿਆਦਾ। ਤਾਂ ਫਿਰ ਅਸੀਂ ਇਹਨਾਂ ਨਾਲ ਮਤਲਬ ਕਿ ਇਹਨਾਂ ਨੂੰ ਅਪੁਆਇੰਟਮੈਂਟ ਦੇਈ ਸਾਨੂੰ। ਮੇਰੇ ਹੁਣ 4 ਮਹੀਨੇ ਹੋ ਗਏ ਜੀ ਸਰਜਰੀ ਹੋਏ ਨੂੰ। ਇਹਨਾਂ ਨੇ ਮੇਰੇ ਦੂਰਬੀਨ ਨਾਲ ਸਰਜਰੀ ਕੀਤੀ ਆ, ਬਹੁਤ ਵਧੀਆ ਸਰਜਰੀ ਕੀਤੀ ਆ ਇਹਨਾਂ ਨੇ। ਤਾਂ ਮੈਨੂੰ ਹੁਣ ਕੋਈ ਪ੍ਰੋਬਲਮ ਨਹੀਂ, ਕੋਈ ਕੁਛ ਨਹੀਂ। ਆ ਮੇਰੀ ਪੂਰੀ ਬਾਂਹ ਹੁਣ ਪੂਰੀ ਚੱਕ ਹੁੰਦੀ ਆ, ਕੰਮ ਕਰਦੀ ਆ ਜੀ। ਤਾਂ ਮੈਂ ਘਰ ਦਾ ਕੰਮ ਵੀ ਤਕਰੀਬਨ ਕਰ ਲੈਂਦੀ ਹਾਂ, ਕਿਚਨ ਦਾ ਸਾਰਾ ਹੀ ਤਕਰੀਬਨ। ਤਾਂ ਬਾਕੀ ਹੋਰ ਕੰਮ ਜਿਹੜੇ ਮੇਰੇ ਕਰਨ ਵਾਲੇ ਆ ਉਹ ਵੀ ਮੈਂ ਕਰ ਲੈਂਦੀ ਹਾਂ ਜੀ। ਬਾਕੀ ਮੈਂ ਹੁਣ ਬਿਲਕੁਲ ਠੀਕ ਠਾਕ ਹਾਂ। ਹੁਣ ਅਸੀਂ ਦੁਬਾਰਾ ਫਿਰ ਹੁਣ ਨਿਊਜ਼ੀਲੈਂਡ ਜਾ ਰਹੇ ਹਾਂ ਜੀ। ਡਾਕਟਰ ਸਾਹਿਬ ਨੇ ਇੰਨੀ ਵਧੀਆ ਸਰਜਰੀ ਕੀਤੀ ਆ, ਇੰਨਾ ਵਧੀਆ ਸਾਨੂੰ ਟ੍ਰੀਟ ਵਧੀਆ ਕੀਤਾ ਜੀ। ਸਾਨੂੰ ਇੰਨੇ ਪ੍ਰੇਮ ਭਾਵ ਨਾਲ ਇੱਥੇ, ਅਸੀਂ ਮੈਂ 5 ਦਿਨ ਰਹੀ ਹਾਂ, ਬਹੁਤ ਵਧੀਆ ਸਾਨੂੰ ਮਤਲਬ ਕਿ ਇੱਥੇ ਦਵਾਈ ਬੂਟੀ ਜੋ ਵੀ ਸੀਗਾ ਸਾਰਾ ਕੁਛ ਬਹੁਤ ਵਧੀਆ ਸਾਨੂੰ ਟ੍ਰੀਟ ਕਰਦੇ ਰਹੇ ਜੀ। ਤਾਂ ਬੱਚਿਆਂ ਵਾਂਗ ਜਿਵੇਂ, ਤਾਂ ਪਰਮਾਤਮਾ ਇਹਨਾਂ ਦੀ ਲੰਬੀਆਂ ਉਮਰਾਂ ਕਰਨ, ਤੰਦਰੁਸਤੀ ਦੇਣ ਸੱਚੇ ਪਾਤਸ਼ਾਹ। ਬਾਕੀ ਮੈਂ ਹੋਰਾਂ ਨੂੰ ਵੀ ਕਹਿੰਦੀ ਹਾਂ, ਜੇ ਕਿਸੇ ਨੂੰ ਗੋਡੇ ਦੀ ਮੋਢੇ ਦੀ ਕੋਈ ਵੀ ਪ੍ਰੋਬਲਮ ਆ, ਇੱਥੇ ਆ ਕੇ ਜ਼ਰੂਰ ਚੈੱਕ ਕਰਾਓ ਤੁਸੀਂ। ਡਾਕਟਰ ਸਾਹਿਬ ਬਹੁਤ ਅੱਛੇ ਆ, ਵਿਵੇਕ ਜੀ। ਤਾਂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖਾ, ਤੰਦਰੁਸਤੀਆਂ ਦਾ। ਸਤਿ ਸ਼੍ਰੀ ਅਕਾਲ ਜੀ।